نعرہ رسالت، نعرہ حیدری، نعرہ حیدری، حسینیت، یزیدیت، اہل بیت دشمن تلانت، پاک زہراد قاتلان تلانت، مجلس ازادی قبولیت وسطے صلوات پڑھ. صلوات دا پڑھنا بہت بڑی عظیم عبادت ہے، اچھی آواز نال صلوات پڑھ. دعائے مولا کائنات سیدات اعظم دا خرچ خرجات لنگر نیاز پڑھن والے دے فضائل و مصائب بمہمہ حقیر دے کائنات دی موسنا بی بی اپنے دربار وچ منظور تے مقبول فرمائے. آئی دے دین دا صدقہ مالک تہاڈا صغیرہ کبیرہ گناہ معاف فرمائے. کریم اللہ دے ذکر پاک دے صدقے تہاڈے گھراں نوں بارویں امام دے ظہور تک آباد و شاد رکھے اور قائم دائم رکھے. جتنیاں پردے دے اندروں میری ماواں بہناں تشریف فرمائیں، مالک انہاں دے پردے سلامت رکھے. ایک ایسی صلوات پڑھو جو صلوات دے وارث خوش ہو جائے. اعوذ باللہ من الشیطان الرجیم. بسم اللہ خبر دیوات
ਤੇਰੇ ਪੇਕੇ ਨਹੀਂ ਇੱਕ ਜਾ ਬਲਾ ਵੀ ਅੱਲਾ ਦੀਆਂ ਦੇ ਪਰਦੇ ਸਲਾਮਤ ਰੱਖੀ। ਬਹੁਤ ਬੜੀ ਮਸਾਹਿਬ ਦੀ ਦੀਵਾਰ, ਮੇਰੇ ਤੋਂ ਬਾਅਦ ਬਹੁਤ ਬੜਾ ਮਸਾਹਿਬ ਖਾਨ ਸੈਯਦਾਦਾ ਤਸ਼ਰੀਫ ਫਰਮਾਏ, ਮੇਰਾ ਮਹਿਮਾਨ ਹੈ। ਤਵੱਜੋ ਕਰੇ ਸੋ, ਪਹਿਲਾ ਲਫਜ਼ੀ ਮਸਾਹਿਬ ਦੇ ਆਈ ਦੇ ਦੀ ਮਿੱਟੀ 'ਤੇ ਬਹਿ ਕੇ ਰੋਵਣ ਦਾ ਸਿਲਾ ਅਜਰ ਰਜ਼ਾ ਬਾਦਸ਼ਾਹ ਦੀ ਉਹ ਰੁੱਲੀ ਹੋਈ ਭੇਣ ਦੇ ਸੀ, ਜਿਸ ਪੰਧ ਬਹੁ ਕੀਤੇ ਲੇਕਿਨ ਮੇਰਾ ਜੀਂਦਾ ਮਿਲਿਆ ਕੋਈ। ਬਲਾ ਹੋਈ ਹੈ ਕਬੂਲ ਹੋਈ ਦੀਆਂ ਲੈ ਬੈਠੇ ਹੋ। ਬਾਬਾ ਸ਼ਫਕਤ ਸ਼ਾਹ ਜੀ, ਸ਼ਾਮ ਉਹ ਸ਼ਹਿਰੇ, ਸ਼ਾਮ ਉਹ ਨਗਰੀ ਹੈ ਜਿੱਥੋਂ ਮੇਰਾਵਾਂ ਮੋਈ ਨੂੰ ਮੇਰਾਵਾਂ ਪੁੱਤਰਾਂ ਦੀਆਂ ਮੁਕਾਣਾ ਮਿਲੀਆਂ। ਮੁਕਾਨ ਇਤਨੀ ਮਿਲਦੀ ਆਹੀ ਕੁਝ ਮੁਕਾਨ ਅਲੀ ਦੀ ਜੀ ਨੇ ਬਿਰਾ ਦੀ ਟੁਰ ਕੇ ਝੱਲੀ, ਅੱਲਾ ਜਾਣੇ ਕੌਣ ਸਮਝੇ ਸੀ। ਕੁਝ ਮੁਕਾਨ ਅਲੀ ਦੀ ਜੀ ਨੇ ਬਿਰਾ ਦੀ ਬਹਿ ਕੇ ਝੱਲੀ। ਸ਼ਾਮ ਵੰਜਣ ਤੋਂ ਪਹਿਲੇ, ਸ਼ਾਮ ਵੱਲਣ ਤੋਂ ਬਾਅਦ ਅਲੀ ਦੀ ਲੁੱਟੀ ਤੇ ਥੱਕੀ ਧੀ ਨੂੰ 5 ਸਾਲ ਦਾ ਅਰਸਾ ਗੁਜ਼ਰੇ। ਕੇ ਕਰੇਂਦੀ ਆਈ ਮੇਰੀ ਸੈਣ, ਮੇਰੀਆਂ ਮਾਵਾਂ ਭੈਣਾਂ ਪਰਦੇ ਸਲਾਮਤ ਨੇ, ਰੋਜ਼ਾਨਾ ਵੰਜੇ ਆ ਸਹੁਰੀ ਹਵੇਲੀ 'ਚ ਕਲੀਨ ਵਿੱਛੀ ਪਈ ਆਉਂਦੀ ਆਈ। ਆਉਣ ਮੁਹੰਮਦ ਦੀ ਅੰਮਾ ਕਲੀਨ ਤੇ ਨਾ ਹੀ ਬਾਂਧੀ ਮਿੱਟੀ ਤੇ ਬਹਿਆ, ਦੀਆਂ ਜੋ ਠੰਡਾ ਪਾਣੀ ਪੇਸ਼ ਕਰੇ ਨਾ, ਆਉਣ ਮੁਹੰਮਦ ਦੀ ਅੰਮਾ ਪਾਣੀ ਪੀਂਦੀ ਨਹੀਂ, ਰੋ ਰੋ ਕੇ ਆਖਿਆ ਚਾਹ ਗਿਨੋ ਮੈਂ ਨਾ ਪੀਂਦੀ, ਮੇਰੀ ਉਦੋਂ ਦੀ ਪਿਆਸ ਬੁੱਝ ਗਈ ਹੈ ਜਦੋਂ ਦਾ ਮੇਰਾ ਅਸਗਰ ਮੰਗਦਾ ਟੁਰੇ। ਬਲਾ ਹੋਈ ਕਿਆ ਬਾਤ ਹੈ, ਵੱਡੀ ਮਨਜ਼ੂਰੀ ਵਾਲੀ ਮਜਲਿਸ ਹੈ। ਮੇਰੀ ਉਦੋਂ ਦੀ ਪਿਆਸ ਬੁੱਝ ਗਈ ਜਦੋਂ ਦਾ ਮੇਰਾ ਅਸਗਰ ਮੰਗਦਾ ਟੁਰੇ, ਸਹੁਰੀ ਹਵੇਲੀ 'ਚ ਹੋ ਕੇ ਵੱਤ ਪੇਕੀ ਹਵੇਲੀ 'ਚ ਆਵਿਆ, ਬਿਰਾਵਾਂ ਦੇ ਬੰਦ ਦਰਵਾਜ਼ੇ ਦੇਖ ਕੇ ਦੋਵੇਂ ਹੱਥ ਸਰ 'ਤੇ ਰੱਖ ਕੇ ਉੱਚੇ ਉੱਚੇ ਵਹਿਣ ਕਰਕੇ ਆਖਿਆ ਕੋਈ ਹੋ ਸੀ ਜਿਹੜਾ ਇਹਨਾਂ ਨੂੰ ਆਣ ਖੁੱਲ੍ਹੇ ਸੀ। ਬੜਾ ਪਿਆਰ ਆਈ ਮੇਰੀ ਸਹਿਣ ਨੂੰ 5ਵੇਂ ਇਮਾਮ ਮੁਹੰਮਦ ਬਾਕਰ ਨਾਲ, ਪਿਆਰ ਦੀ ਇੱਕ ਵਜ੍ਹਾ ਆਈ ਜਦੋਂ ਬਾਕਰ ਮੌਲਾ ਨੂੰ ਦਾੜੀ ਲੱਥੀ ਨਾ ਅਤੇ ਉਹ ਸ਼ਕਲਾਂ ਦੇਂਦਾ ਸੀ ਸਰਕਾਰ ਅਲੀ ਅਕਬਰ ਦੀਆਂ। ਬਲਾ ਹੋਈ ਹੈ ਕਬੂਲ ਹੋਈ, ਮੇਰੀ ਸਹਿਣ ਫਰਮਾਇਆ ਬਾਕਰ ਲਾਲ ਮੇਰੀ ਇੱਕ ਹਸਰਤ ਏ, ਮੇਰੀ ਇੱਕ ਉਮੀਦ ਏ ਪੂਰੀ ਕਰੇ ਨੇ, ਭਾਵੇਂ ਜੋ ਇਮਾਮ ਆਈ ਉੱਠੀ ਖੜਿਆ ਤੇ ਰੋ ਰੋ ਕੇ ਆਖਿਆ ਡਾਡੀ ਮੇਰੇ ਸਾਹਮਣੇ ਜਿੱਕੀਆਂ ਗੱਲਾਂ ਨਾ ਕਰ, ਤੂੰ ਮੇਰੀ ਉਹਦਾ ਅਜ਼ਮਤ ਅਲੀ ਡਾਡੀ ਏ ਜਿਹਦਾ ਹੁਕਮ ਤਾਂ ਮੇਰਾ ਡਾਡਾ ਹੁਸੈਨ ਹੀ ਖਾਲੀ ਨਹੀਂ ਵਲੈਂਦਾ। ਡਾਡੀ ਹੁਕਮ, ਬੀਬੀ ਰੋ ਰੋ ਕੇ ਆਖਿਆ ਬਾਕਰ ਲਾਲ ਮੈਂ ਤੇਰੀ ਉਹ ਰੁੱਲੀ ਹੋਈ ਡਾਡੀਆਂ, ਮੈਂ ਤੇਰੇ ਪਿਓ ਦੇ ਸਾਂਗੇ ਬਾਜ਼ਾਰ ਡਿੱਠਣ, ਦਰਬਾਰ ਡਿੱਠਣ, ਬਾਕਰ ਲਾਲ ਮੈਂ ਮਿੱਟੀ 'ਤੇ ਬਾਨੀ ਹਾਂ, ਤੂੰ ਮੇਰੋ ਕੰਢ ਕਰਕੇ ਟੁਰ। ਬਾਕਰ ਉਹ ਰੋ ਕੇ ਆਖਿਆ ਡਾਡੀ ਕੰਢ ਕਰਾ ਕੇ ਕਿਉਂ ਟੁਰੇਂਦੇ ਹੋ। ਜੁਮਲਾ ਸੁਣੇ ਅਲੀ ਦੀ ਧੀ ਰੋ ਕੇ ਆਖਿਆ ਜਦੋਂ ਤੂੰ ਕੰਢ ਕਰਕੇ ਟੁਰਦੇ ਨਾ ਮੈਨੂੰ ਹੁਸੈਨ ਦਾ ਮਸਲਾ ਦਾ ਅਕਬਰ ਯਾਦ ਆਵੇ, ਮੈਨੂੰ ਹੁਸੈਨ ਦਾ ਮਸਲਾ ਦਾ ਅਕਬਰ ਯਾਦ ਆਵੇਂਦੇ। ਵਤਨ ਦਾ ਆਜ਼ਾਦਾਰ ਇਹ ਹਾਲਤ ਆਈ ਅਲੀ ਦੀ ਧੀ ਦੀ, ਕਿਹੜੀ ਹਾਲਤ ਆਈ ਜਨਾਬ ਸੱਜਾਦ ਦੀ। ਅੱਲਾ ਭਾਵੇਂ ਨਿਮਾਜ਼ ਹੀ ਬੈਠੇ ਹੋ ਸੋ ਰੋਜ਼ਾਨਾ ਸੁਬਹ ਦੀ ਨਿਮਾਜ਼ ਨਾਂ ਮੁਹੰਮਦ ਦੀ ਜ਼ਰੀ ਤੇ ਆ ਪੜ੍ਹਿਆ, ਨਿਮਾਜ਼ ਪੜ੍ਹਨ ਦੇ ਬਾਅਦ ਨਾਲ ਵਿਛੈਂਦਾ ਹੀ ਮੁਸੱਲਾ ਜਿਹੜਾ ਰੋਵਣ ਕੀਤੇ ਆਏ। ਗੱਲ ਮੈਂ ਕਰਨੀ ਹੈ ਸੁਣਨੀ ਤੈ, ਪੜ੍ਹਦਾ ਕੁਰਾਨ ਆਈ ਰੋਂਦਾ ਰੱਤ ਆਈ, ਇੱਕ ਦੇ ਕੁਰਾਨ ਪੜ੍ਹਦਾ ਬੈਠੇ ਜਾਂ ਸ਼ਾਮ ਵਿੱਚੋਂ ਕਈ ਬੰਦੇ ਆਏ ਜਿੰਨਾ ਕੇ ਸਲਾਮ ਦਿੱਤੇ, ਸਲਾਮ ਦੇਂਦਿਆਂ ਤੋੜੀ ਬਾਕਰ ਦੇ ਬਾਬੇ ਦੇ ਹੱਥ ਆਜ਼ਾਦ ਹਨ,
मैनू मिंबर दी कसम है जदों सलाम दा जवाब दे बैठे ते बाकर दे बाबे दे हाथ रोज गए, भला हुई शाला वसदा रहे। सैयद क्यों पवाए ने एक कमी ने आदि शाम चोए सन मुबलक की जरूरत है साढ़े नाल वला शाम जो लड़ाई बाकर दा बाबा ठंडा साबर क्या दम एक दफा शाम चो थी आया एक कमी ने आदि गया उसे जद जेवर पा खड़े उची अकल मार क्या दे बाकर लाल जी बाबा तिखवन अपनी रुली हुई दादी नुआक बीमार पुत्र प्या दई मेरा छेकड़ी सलाम होवी मैं वला शाम पे अवे ना बाकर मौला उबाला टुरे चोटियां वा चुड़दियां दीन जिमे मनी मावा भेणा मजलूम बिरादी मजलूम भेण मिट्टी ते बैठी आई बाकर मौला नु आंदा डिठस जमीन तो तलियां टेक के उठी अकल मार के दिए बाकर लाल खैर तहे तिखा जो टुरदा ने कोई चाचा अकबर वाल आए रो रो क्या दे डाडी मैं ते कुडसन आया मेरा बीमार बाबा मेरा गरीब बाबा मेरा गैरतमंद बाबा वत शाम पे वेंदे जुमला सुन सो मेरी मावा बेण लफ्ज शाम आए अली दी धीरो क्या दिए जुल होवे मेरे वीर दे बचड़े जिन तुस जुल सो मैं उजड़ी तुहाडे नाल इज्जतदारों महमल मिल गए अली दी धी मामल च बैठी बिरात आ कोई ना जड़ा आख्या आई दी रात टिक पाओ सुबह टुर वंजे इवें नाने मुहम्मद दी जरी दे कोलू बावे शबकत शाह जी महमल गुजर दे पयन अली दी लुटी ते थकी धी ने थोड़ा जिया महमल ना पर्दा हटाए उच्चा वैन करके आ दिए नाना मुसाफिर धी दा छेकड़ी सलाम होवी भला भी आए कबूल होवी नाना मैं थक पईआं मैं शाम पीवैनी आ मैं शाम च वलना जींदा कोई नहीं जदों मेरा बीमार पुत्र मेरा महारी पुत्र मेरी मौत दी हकल मारे ना नाना तू सही वाए मेरी माँ बतूल नूं ही दसाए मेरे हसन बिरा नूं ही दसाए नाना तू सत्री है मेरे मैयत ते आसो मैं तुहाडा शुक्रिया अदा करे सां वतन दा आजादार नाने नूं मिलके करबला भिरावां पुत्रां नूं मिलके सैयदादे नूं मिंबर देवां पहुंच गई शाम दे बारों उच्चा वैण करके आदी अम्मा तू तो जान दिए जद मैं पहली दफा शाम आई आमो ई बाग च एक दरख्त आई जिंद नाल मेरे मजलूम बिराद सर वाली सांग खलाई आने अम्मा वाई देख जे दरख्त मौजूद है तो मैं बिरा नु रोनी भला भी है कबूल होवी बावे जब बुढ़ी आई टुर पई फिजा शाला तेरिया नस्ला बाद होवन इज्जतदारों दरख दे करीब आईयां दरख दे चगरों तो बावां वल आईयां शाला जवानियां माने उच्चावैन करके आदियां हुसैन भेण रुल गई आई शाला जवानियां माने जिहड़ा रोवण कीते आए मैं को मिंबर दी कसम आसमान तो कई सफेद रंग ने बावा मजर शाह जी पखी है ओ जवान ओ जड़े एक बै दियां गर्दना च गर्दना पा के तड़प तड़प के ढांदे वात मिट्टी ते मारो शल परदे सलामत ने वतन आले फिजा पखियां नु मरदा डिठ मजलूम द खून वगदा डिठ उची जई जात चढ़िए उच्चा वैण कर गया दी अली दीदी जल्दियां भिरा दा मौजा वेख तेरिया नस्ला बाद में ओ जवान वाली दीदी जमीन तो तलियां टेक के उठी अगल मार के आदी शाला बाकर दी जिंदगी होवी तेरी इजाजत होवे तो मैं तेरे गरीब बाबे दी मुकान जलिया शाला वसदा रह दियां दे परदे होनी मेरिया मावा भेण दुआ मंगी करो शाला कहें दे पे के मान न मुकेन
بسم اللہ سیدہ دعا کرے اور جوان اور ڈر پئی مظلوم دی مظلوم دی منبر دی قسم میں وطن والے درخ دے قریب آئی برا دا خون وگدا ڈٹھے برا دی محبت ج پکھیاں نو مردا ڈٹھے منبر دی قسم میں جوان اور درخ دے جگر دو باواں ولائیاں پہلا وین کر گیا دی ویرن وا میں اج چوکھار لنے بھلا وی ہن تے تیرے پیار وچ پکھی مر لے وے بھین جے جیندی ائی بابا مظلوم شاہ جی اجے تیری دادی روندی بیٹھی آئی ہے کتے دا بچہ مکھانی آئے جے مظلوم برا دی مظلوم بھین نو برا دی مکھان دتی ہے بھائی صدا او جوان مظلوم دے ہاتھ چھٹ گئے ن عالیہ دا سر زمین تے آئے روزی او بندہ جدی توجہ میرے نال او دیاں دے پردے سلامت دونی جیویں جو فضا دے دی کھڑی آئی چوین کر کے آ دیا وہ سجا جلدی آ سفران دی سنگتن مر گئی ائی او جوان بزرگاں دوویں پیو تے پوتر نیاں جویں ترسا پرندہ پانی دوان لے شل وسدا رہے او چویر کر گیا دے پھپھی وطن تے مریا تیرے مرن دا مول پویا اما میں وڈا غریب شل دیاں دے پردیوں نی بھائی زدا میاں تی جو آواز آیا جو فردا ہوئے او ڈیویں میں جوان بسم اللہ کراں شلا جوانیاں مارے جو فرداویں میں حاضراں او جوان بزرگاں جڑے دیاں دے پیو بیٹھے ہو یا بہنی دے برا بیٹھے ہو ایویں آدراں نہ نوری کہنا تا کھاں یا نور مالا کھاں بابا شبکر شاہ جی میں ڈبا کر مولا دور تو پانی گلا مولا سجاد کٹورے جا کے پردے دے اندروں ہاتھ وڈا کے او چویں کر گیا دے ڈاڈی غسل دے او جوان فضا غسل دیندی آئی ہے غسل دیندی آئی ہے کدی یہ بھی سوچی جد مظلوم دے غسل تے 9 گھنٹے لگے باقر دا بابا دے ڈاڈی چوکھی دے رے میں بیمار باقر دا سن چھوڑے او وطن والے فضا پیٹیں دی ہوئی باہر آئی ہے او چوین کر کے آ دیے شالا باقر دی زندگی او وی اک مسئلہ دسا او جوان بزرگاں دے پوچھ ڈاڑی اگل مار کے آ دیے میت دی کوئی جا خوش کرائے ونجے غسل نو ہار تک کوئی نہیں اگل مار کے آ دے نہیں ڈاڑی پانی ضرور پاؤنا پاؤں دے اور رومن والے او چوین کر کے آ دیے وت مانگ دو اجڑی دا چولا جو نہیں لاندا او جوان میں پانی پاون دی کوشش کرے نہیں ہاں میری منت کر گیا دی اما میرے منہ تے پانی نہ پاوے بھلا ہوئی تیریاں نسلاں باد ہویاں او وطن والے او فضا غسل دے کے باہر آئی اگل مار کے آ دیے میں غسل تڑے چھوڑے کئی دی بہن دور دی وسدی ہوے اللہ دی کائنات دے فیصلے ہے او جوان ہو یا کفن پیک کے دین دین یا بھرا دین دین یا بھتیجے دین دین او جوان ہو اگل مار کے آ دیے کفن دے رو کیا دے ڈاڈی میں کفن کتھوں دے وہاں میں وڈا غریب بھلا ہوئی او جوان ہو ایویں آدران بسم اللہ کراں او جوان ہو اوکھا تے باویں سوکھا سجاد مولا پھپھی نو کفن دیوائے ایویں آدران جوان پہلا پاوا جناب سجاد جائے دوجا پاوا جناب باقر جائے ممبر دی قسم میں باویں جو بڈڑی آئی پچھلے دو پاوے بی بی فضا نے جائے او جوانو کھٹی کڈائی قبر ملیے میں دے امام مرادا کی دے میں پوپی نو قبر سماوا یا دوانا دو ہاتھ برام دوئے سید آدھے گونے آدھا نہ گبرا میں مدینے اللہ تیرے نانا رسول
اور جوانا تو ہی نور دی ہماری لدی ہے سیدہ دکان آدھا نجب دوالی درد آدھالیاں اور جوانا تری نور دی ہے یو جائی ہماری لدی ہے جو میہ ڈال گئی ہے آواز آیا پہلے ہمان حالے امیر ہیں میں کربلا دا غریب ہاں میں اکبر دا تصباب ہاں اور جوانا سین دی میہ ڈالی ہے آواز آیا ایڈا ساو کیوں نہیں آیا سن موت میں نہیں تے معمول بنین دلال اب آپ کے سامنے سید الزاکرین سید شفقت رضا شفقت آپ چانہ صداد ذکر محمد والے محمد بیان فرما رہے ہیں مصور غم شہنشاہ مصیب سید الزاکرین سید شفقت رضا شفقت ذکر محمد و آل محمد بیان فرما رہے ہیں